ਪੋਚਵੀਂ ਪੱਗ ਬੰਨ ਕੇ ਤੇ ਜਿਹਦਾ ਫੋਕਸ ਹੈ ਗਾਇਕੀ ਤੇ ਪੂਰਾ, ਉਹਦਾ ਨਾਂ ਹੈ ਜੀ ਪਰਮਿੰਦਰ ਸਿੰਘ ਤੇ ਸ਼ਹਿਰ ਹੈ ਕੋਟਕਪੂਰਾ। ਜ਼ੋਰਦਾਰ ਤਾੜੀ ਨਾਲ ਸਵਾਗਤ ਕਰਿਓ ਪਰਮਿੰਦਰ ਸਿੰਘ ਦਾ। ਸਰਦਾਰ ਸਾਹਿਬ ਚੱਕ ਗੁਰਜੀਤ ਤਾਂ ਪੂਰਾ ਮਤਲਬ ਦੁੱਲਾ ਲੱਗਦਾ ਪਿਆ ਅੱਜ। ਹੈ ਇੱਕ ਗੱਲ ਪੱਕੀ ਆ ਵੀ ਇਹ ਸਾਰੇ ਪੱਗਾਂ ਵਾਲੇ ਨੂੰ ਮਾਤ ਦੇ ਜਾਂਦਾ ਅੱਜ। ਹੈ ਬਿਲਕੁਲ ਜੀ ਬਿਲਕੁਲ। ਲਓ ਜੀ ਜੱਜਿਸ, ਫਿਰ ਦੱਸੋ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ ਇਸ ਛੋਟੇ ਚੈਂਪ ਤੋਂ? ਮੇਰਾ ਨਾ ਮਨ ਨਹੀਂ ਭਰਿਆ, ਮੈਂ ਚਾਹੁੰਦਾ ਕਿ ਗੁਰੂ ਜੀ ਦਾ ਕੋਈ ਗਾਣਾ ਹੋਰ ਸੁਣਿਆ ਜਾਵੇ। ਚਰਨਜੀਤ ਅਹੂਜਾ ਜੀ ਦੇ ਮਿਊਜ਼ਿਕ ਦੇ ਵਿੱਚ ਕੋਈ ਵੀ ਗਾਣਾ ਕਿਸੇ ਦਾ ਵੀ ਗਾਇਆ ਹੋਇਆ ਤੁਹਾਨੂੰ ਯਾਦ ਹੈ? ਸਰ ਯਾਰੀ ਯਾਰਾਂ ਦੀ, ਯਾਰੀ ਯਾਰਾਂ ਦੀ, ਮਾਨਕ ਸਾਹਿਬ, ਮਾਨਕ ਸਾਹਿਬ ਦਾ ਬੱਲੇ, ਦੋ ਲੈਜੈਂਡਸ ਨਾਲ। ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ ਜੀ। ਲੈ ਫਿਰ ਮੁੰਡੇ ਚੱਕ ਤੇ ਫਟੇ, ਠੀਕ ਆ, ਠੀਕ ਹੈ ਜੀ, ਛਾ ਜਾ ਇੱਥੇ, ਬੈਸਟ ਆਫ ਲੱਕ। ਤੇ ਐਮੀ ਭਾਅ ਜੀ, ਰਣਜੀਤ ਭਾਅ ਜੀ, ਦੇਖਿਓ ਫਿਰ ਕਮਾਲ ਹੈ ਤਾਂ ਛੋਟੇ ਸਰਦਾਰ ਦਾ। ਆਲ ਦਾ ਬੈਸਟ। ਰਣਜੀਤ ਭਾਅ ਜੀ, ਐਮੀ ਭਾਅ ਜੀ, ਮੈਂ ਕਿਹਾ ਸੀ ਨਾ ਇਹ ਮੁੰਡਾ ਕਮਾਲ ਕਰ ਦੂਗਾ, ਹੈ ਨਾ ਜ਼ਬਰਦਸਤ। ਹੁਣ ਕੀ ਕਹੀਏ ਭਾਅ ਜੀ, ਹੁਣਾਂ ਨੂੰ ਭਾਅ ਜੀ ਕਿੱਥੋਂ ਕੱਢ ਕੱਢ ਲਿਆਂਦੀਆਂ ਛੁਰਲੀਆਂ, ਇਹ ਛੁਰਲੀਆਂ ਐਟਮ ਬੰਬ ਚੱਲ ਰਹੇ ਆ ਪੂਰੇ।
ਇਹ ਨੇਲਿਆਂ ਤੇ ਦੇਲੇ ਨੇ ਭਾਵੇਂ ਸਾਨੂੰ ਮਤਲਬ ਕਸੂਰਵਾਰ ਨਾ ਸੋਚੋ, ਸਾਡੇ ਕੋਲ ਅਸਲ 'ਚ ਉੱਥੇ ਬੈਠਾ ਨਹੀਂ ਜਾ ਰਿਹਾ, ਸਾਨੂੰ ਇੱਥੇ ਖੜਾ ਕਰ ਲਓ, ਇਹਨਾਂ ਸਾਨੂੰ ਬੈਠਣ ਨਹੀਂ ਦੇਣਾ ਉੱਥੇ। ਕਿਆ ਬਾਤ ਹੈ ਜੀ, ਇੱਕ ਵਾਰੀ ਉਹਨਾਂ ਲਈ ਲੈਜਨ ਸਾਹਿਬ ਲਈ, ਮਾਣਕ ਸਾਹਿਬ ਲਈ, ਅਹੁਜਾ ਸਾਹਿਬ ਲਈ ਤਾੜੀਆਂ, ਅਤੇ ਫਿਰ ਆ ਢਿੱਡੀ ਲਈ ਉਹ ਨਾਲ ਜਿਨ੍ਹਾਂ ਨੇ ਇਹ ਇਹ ਗੀਤ ਰਚਿਆ ਦੇਵ ਠੀਕੇ ਵਾਲੇ, ਉਹਨਾਂ ਵਾਸਤੇ ਵੀ ਤਾੜੀ ਹੋ ਜਾਵੇ। ਬਾਬੇ ਇਕੱਠੇ ਹੋਏ, ਸਾਰੇ ਬਾਬੇ ਇਕੱਠੇ ਹੋਏ। ਹਾਂਜੀ ਅਮੀ ਭਾਅ ਜੀ, ਤੁਸੀਂ ਵੀ ਹੁਣ ਦੱਸ ਹੀ ਦਿਓ ਇਸ ਮੁੰਡੇ ਦੇ ਬਾਰੇ। ਬਾਵੇ ਪੱਗ ਵਾਲੇ ਵੇਖ ਕਿਵੇਂ ਚਿੱਬ ਗੱਡੇ ਉਸਤਾਦ ਨੇ ਹੈਗਾ ਨਾ। ਬਾਕੀ ਤੂੰ ਭਰਾ ਇੱਥੇ ਭਾਵਾਂ ਕੋ ਨਾ ਬਣੇ, ਤੂੰ ਬਣ ਜ਼ਰੂਰ ਜਾਣਾ ਕੋ ਨਾ ਕੋ, ਤੈਨੂੰ ਦੱਸਦਾ ਜਾਂ ਤਾਂ ਵੱਧਦਾ ਰਹੇ ਮੇਰੇ ਵੱਲੋਂ ਬੈਸਟ ਆਫ ਲੱਕ। ਅਤੇ ਬਾਕੀ ਉਹ ਬੈਠੇ ਆ ਕੇ ਮਹਾਨ ਉਸਤੀਆਂ ਵੱਡੀਆਂ, ਉਹ ਆਪੇ ਦੱਸਣਗੇ ਕੀ ਹਿਸਾਬ ਤਾ ਵਾ, ਮੈਨੂੰ ਬਹੁਤਾ ਹੈ ਨਹੀਂ। ਬਾਕੀ ਬਾਕੀ ਸਾਨੂੰ ਨਹੀਂ ਪਤਾ ਭਰਾਵਾ, ਆਪਾਂ ਫੁੱਲ ਇੰਜੋਏ। ਠੀਕ ਹੈ ਜੀ, ਥੈਂਕ ਯੂ ਭਾਜੀ। ਲਓ ਜੀ ਜੱਜਿਸ, ਮੈਨੂੰ ਲੱਗਦਾ ਇਹ ਤੁਹਾਡੇ ਲਈ ਮੁਸ਼ਕਿਲ ਪੈਦਾ ਕਰਨ ਵਾਲੇ ਆ। ਛੋਟੇ ਚੈਂਪ ਜਿਵੇਂ ਜਿਵੇਂ ਅੱਗੇ ਪਰਫਾਰਮੈਂਸ ਦੇ ਰਹੇ ਆ ਤਾਂ ਵਾਕਈ ਮਤਲਬ ਕਮਾਲ ਕਰੀ ਜਾਂਦੇ ਨੇ, ਇਹ ਅੱਜ ਮੁਸ਼ਕਿਲ ਚ ਪਾਉਣਗੇ ਤੁਹਾਨੂੰ। ਲਓ ਜੀ ਫਿਰ ਸਚਿਨ ਜੀ, ਦੱਸੋ ਫਿਰ ਕੀ ਕਹਿਣਾ ਚਾਹੋਗੇ ਸਾਡੀ ਇਸ ਛੋਟੀ ਜਿਹੀ ਸ਼ੁਰਲੀ ਬਾਰੇ। ਸਾਹਿਲ, ਇਹ ਨਾ ਸਾਡੇ ਸ਼ੋਅ ਦਾ ਸ਼ੇਰ ਗਵਈਆ, ਪਤਾ ਜਿੱਦਾਂ ਮਾਣਕ ਸਾਹਿਬ ਸ਼ੇਰ ਗਵਈਏ ਸੀ, ਇਹ ਸਾਡੇ ਸ਼ੋਅ ਦਾ ਸ਼ੇਰ ਗਵਈਆ, ਔਰ ਇਹ ਵੱਡਾ ਹੋ ਕੇ ਸ਼ੇਰ ਗਵਈਆ ਹੀ ਬਣੇਗਾ। ਕੀ ਬਾਤ ਹੈ ਜੀ, ਤਾਲੀਆਂ ਜੀ ਤਾਲੀਆਂ। ਇਹ ਗੱਲ ਸ਼ੋਅਰ ਹੈ, ਕਿਉਂਕਿ ਜਿਹੜੇ ਸ਼ੇਰ ਹੁੰਦੇ ਉਹ ਬਚਪਨ 'ਚ ਛੋਟੇ ਹੁੰਦੇ ਪਤਾ ਲੱਗ ਜਾਂਦੇ ਸ਼ੇਰ ਦੇ ਬੱਚੇ ਆ। ਕੀ ਤਾਰੀਫ ਕਰਾਂ ਯਾਰ ਤੇਰੀ ਮੈਂ, ਬਸ ਜੂੰਦਾਰ ਹੈ, ਇੰਨਾ ਕਾਫੀ ਹੈ। ਥੈਂਕ ਯੂ ਸਰ, ਗੋਡ ਬਲੈਸ ਯੂ। ਥੈਂਕ ਯੂ ਬਾਜੀ, ਥੈਂਕ ਯੂ ਸੋ ਮਚ। ਰੋਸ਼ਨ ਬਾਜੀ, ਵੇਖੀ ਜਾਵੀਂ ਤਕਦੀਰੇ ਇੰਨਾ ਬਣ ਜਾਣਾ ਹੀਰੇ, ਥੋੜ੍ਹੀ ਦਾੜੀ ਆਉਣ ਦੇ ਬਸ। ਕਈਆਂ ਨਾਲੋਂ ਬਹੁਤ ਵਧੀਆ ਗਾਉਂਦਾ ਤੂੰ, ਜਿਹੜੇ ਪੰਜਾਬ ਦੇ ਵਿੱਚ ਬਹੁਤ ਸਾਰੇ ਹਿੱਟ ਗਵਈਏ ਨੇ, ਉਹਨਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਤੂੰ ਹੁਣ ਇਸ ਉਮਰ 'ਚ ਹੀ ਗਾ ਰਿਹਾ। ਮੈਨੂੰ ਇਸ ਚੀਜ਼ ਦਾ ਮਾਣ ਹੈ ਕਿ ਸਾਡੇ ਪੰਜਾਬ ਦਾ ਮਿਊਜ਼ਿਕ ਦਾ ਫਿਊਚਰ ਬਹੁਤ ਵੱਡਾ। ਬਹੁਤ ਵਧੀਆ, ਪਰ ਤੇਰੀ ਐਡੀ ਕੁ ਢਿੱਡੀ ਯਾਰ, ਇਹਦੇ 'ਚ ਪਤਾ ਨਹੀਂ ਕਿਵੇਂ ਗਾਈ ਜਾਂਦਾ, ਤੇਰੀ ਆਵਾਜ਼ ਕਿੱਥੋਂ ਨਿਕਲਦੀ ਹੈ ਮੈਨੂੰ ਸਮਝ ਨਹੀਂ ਆਈ ਅਜੇ ਤੱਕ। ਨਿਕਲਦੀ ਹੈ, ਐਡੀ ਕੁ ਤਾਂ ਢਿੱਡੀ ਹੈ ਤੇਰੀ, ਐਡੀ ਕੁ ਇੰਨੀ ਕੁ। ਕਿੰਨੀਆਂ ਰੋਟੀਆਂ ਖਾਂਦਾ ਉਹਨਾਂ? ਮੈਂ 3-4 ਖਾ ਹੀ ਲੈਂਦੇ ਲੱਗਦਾ ਤਾਂ ਨਹੀਂ। ਜਿਉਂਦਾ ਰਹੇ ਯਾਰ, ਬਹੁਤ ਉਮੀਦਾਂ ਨੇ ਤੇਰੇ ਤੋਂ ਸਾਨੂੰ, ਬਹੁਤ ਉਮੀਦਾਂ ਨੇ। ਕੀ ਬਾਤ ਹੈ ਜੀ, ਲਖਵਿੰਦਰ ਭਾਜੀ। ਫਰੀਦਕੋਟੀਆ ਕੋਟਕਪੂਰੇ ਵਾਲਿਆ, ਮੈਂ ਉਧਰ ਵੀ ਕਿਹਾ ਸੀਗਾ ਕਿ ਬਾਬਾ ਫਰੀਦ ਸਾਹਿਬ ਦੀ ਬੜੀ ਬਖਸ਼ਿਸ਼ ਹੈ ਤੇਰੇ 'ਤੇ। ਔਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਜ਼ਰੀਆ ਬਣਦਾ ਮਾਲਕ, ਇਹ ਚੀਜ਼ਾਂ ਬਣਾ ਕੇ ਭੇਜਦਾ, ਇੱਥੇ ਆ ਕੇ ਬਣਦੀਆਂ ਨੇ। ਸਲਾਮਤ ਅਲੀ ਖਾਨ ਸਾਹਿਬ 7 ਸਾਲ ਤੋਂ ਲੈ ਕੇ 13 ਸਾਲ ਦੀ ਉਮਰ ਦੇ ਵਿੱਚ ਇਹੋ ਜਿਹਾ ਗਾਏ, ਉਹਨਾਂ ਨੇ ਰਾਗ ਬਸੰਤ ਬਹਾਰ ਮੇਰੇ ਖਿਆਲ 'ਚ ਗਾਇਆ, ਔਰ ਇੱਕ ਤਾਲਾ ਉਹਨਾਂ ਨੇ ਗਾਇਆ ਸੀ, ਔਰ ਇਹੋ ਜਿਹਾ ਤਾਨ ਪਲਟਾ ਕਹਿੰਦੇ ਸੀਗੇ ਕਿ ਮੇਰੇ ਖਿਆਲ 'ਚ ਉਹ ਜਦ 70-75 ਸਾਲ ਦੇ ਹੋਏ ਤਾਂ ਵੀ ਨਹੀਂ ਕਹਿ ਪਾ ਰਹੇ ਸੀਗੇ। ਔਰ ਮੈਂ ਆਪਣੇ ਫਾਦਰ ਸਾਹਿਬ ਨੂੰ ਸਵਾਲ ਕੀਤਾ, ਮੈਂ ਪੁੱਛਿਆ, ਮੈਂ ਕਿਹਾ ਪਾਪਾ ਜੀ ਤੁਸੀਂ 13 ਸਾਲ ਦਾ ਗਾਣਾ ਸੁਣਿਆ, ਅੱਜ ਮੈਂ ਤੁਹਾਨੂੰ ਇਹਨਾਂ ਦਾ 73 ਸਾਲ ਦਾ ਗਾਣਾ ਵੀ ਸੁਣਾ ਰਿਹਾ, ਅਤੇ ਇਹਦਾ ਤੁਸੀਂ ਕੀ ਨਿਚੋੜ ਕੱਢਦੇ ਹੋ ਕਿ ਉਹੀ ਗਾਣਾ 13 ਸਾਲ ਦੀ ਉਮਰ 'ਚ ਗਾ ਰਹੇ ਨੇ, ਜਦਕਿ ਉਹਦੇ ਨਾਲੋਂ 3 ਗੁਣਾ ਗਾਣਾ ਵੱਧ ਜਾਣਾ ਚਾਹੀਦਾ। ਉਹਨਾਂ ਨੇ ਜਵਾਬ ਦਿੱਤਾ, ਕਹਿੰਦੇ ਕਿ ਇਹ ਇੱਥੇ ਆ ਕੇ ਗਵਈਏ ਨਹੀਂ ਬਣੇ, ਇਹ ਬਣੇ ਬਣਾਏ ਆਏ ਨੇ। ਆਹਾ, ਕੀ ਬਾਤ ਹੈ। ਸੋ ਇਹ ਵੀ ਬਣਿਆ ਬਣਾਇਆ ਹੈ, ਔਰ ਕਿਸੇ ਟਾਈਮ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਾਣਕ ਸਾਹਿਬ ਜਿਹੜੇ ਉਸਤਾਦ ਗਵਈਏ, ਕਲਾਕਾਰ ਨਹੀਂ, ਕਲਾਕਾਰ ਅਸੀਂ ਕਲਾਕਾਰ ਬਣ ਸਕਦੇ ਹਾਂ ਇੱਥੇ ਆ ਕੇ, ਪਰ ਗਵਈਏ ਜਿਹੜੇ ਆ ਨਾ ਉਹ ਮਾਲਕ ਭੇਜਦਾ। ਕਲਾਕਾਰ ਹਰ ਕੋਈ ਬਣ ਸਕਦਾ, ਗਵਈਆ ਕੋਈ ਕੋਈ ਬਣਦਾ। ਸੋ ਇਸ ਕਰਕੇ ਮੇਰੀ ਗੱਲ ਯਾਦ ਰੱਖੀ, ਜਿਹੜੇ ਰਹਿੰਦੀ ਦੁਨੀਆ ਤੱਕ ਜਿਨ੍ਹਾਂ ਦੇ ਗੀਤ ਗੂੰਜਦੇ ਰਹਿੰਦੇ ਆ ਨਾ, ਉਹਨਾਂ ਨੂੰ ਦੁਨੀਆ ਯਾਦ ਕਰਦੀ ਹੈ ਰਹਿੰਦੀ ਦੁਨੀਆ ਤੱਕ। ਅਤੇ ਮੇਰੇ ਵਰਗੇ ਅੱਜ ਗਾਣਾ ਚੱਲਦਾ ਕੱਲ੍ਹ ਨੂੰ ਖਤਮ ਹੋ ਜਾਂਦਾ, ਆਪ ਵੀ ਨਾਲ ਹੀ ਖਤਮ, ਨਾਲ ਹੀ ਗਾਣਾ, ਆਪ ਵੀ ਨਾਲ ਵਲੇਟ ਕੇ ਸਾਰਾ ਕੁਛ।
ਨਦੀ ਨਾਮ ਸੰਜੋਗੀ ਮੇਲੇ। ਸੋ ਰਹਿੰਦੀ ਦੁਨੀਆ ਤੱਕ ਤੈਨੂੰ ਯਾਦ ਕਰਿਆ ਕਰਨਗੇ, ਮੇਰੀ ਗੱਲ ਯਾਦ ਰੱਖੀ, ਜਿਉਂਦਾ ਰਹਿ। ਕਿਆ ਬਾਤ ਹੈ ਜੀ, ਥੈਂਕ ਯੂ ਸੋ ਮਚ ਜੱਜਸ। ਤੇ ਹੁਣ ਆਪਾਂ ਫਿਰ ਚੱਲੀਏ ਜੀ, ਠੀਕ ਆ।